ਦੋਸਤੋ, ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਹਰਪਾਲ ਸਿੰਘ ਸ਼ਮਲਾ। ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਥੋੜ੍ਹੇ ਜਿਹੇ ਦਿਨਾਂ ਨੂੰ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪੁਰਬ ਮਨਾਉਣ ਜਾ ਰਹੇ ਹਾਂ, ਜੋ ਕਿ ਬੜੀ ਖੁਸ਼ੀ ਦੀ ਗੱਲ ਹੈ। ਪਰ ਇੱਥੇ ਸਫਾਇਆ ਪ੍ਰਚੋੜ ਕਰਨ ਦੀ ਵੀ ਲੋੜ ਬਣਦੀ ਹੈ ਕਿ ਉਹਨਾਂ ਵੱਲੋਂ ਦੱਸੇ ਰਾਹ 'ਤੇ ਅਸੀਂ ਕਿੰਨਾ ਕੁ ਤੁਰੇ, ਕਿੱਥੇ ਕੁ ਤੱਕ ਤੁਰੇ। ਇਸ ਕਵਿਤਾ ਰਾਹੀਂ ਤੁਹਾਨੂੰ ਦੱਸ ਰਹੇ ਨੇ ਮੇਵਾ ਸਿੰਘ ਜੀ ਪਾਲੀਆ ਕਲਾਂ ਅਤੇ ਦਵਿੰਦਰ ਸਿੰਘ ਜੀ ਬੱਗਾ। ਆਓ ਜੀ ਆਪਾਂ ਸੁਣਦੇ ਹਾਂ ਜੀ ਫਿਰ। ਹੋ 550 ਨੇ ਸਾਲ ਬੀਤ ਗਏ, ਬਾਬੇ ਨਾਨਕ ਦੇ ਰਾਹ ਤੇ ਅਸੀਂ ਤੁਰੇ ਹੀ ਨਹੀਂ। ਹੋ ਮੋੜਿਆ ਸੀ ਉਹਨਾਂ ਸਾਨੂੰ ਜਿੱਧਰੋਂ, ਅਸੀਂ ਉਧਰੋਂ ਤਾਂ ਹਲੇ ਤੱਕ ਮੁੜੇ ਹੀ ਨਹੀਂ। ਹੋ ਮੈਂ ਕਿਹਾ 550 ਨੇ ਸਾਲ ਬੀਤ ਗਏ, ਬਾਬੇ ਨਾਨਕ ਦੇ ਰਾਹ ਤੇ ਅਸੀਂ ਤੁਰੇ ਹੀ ਨਹੀਂ। ਹੋ ਮੋੜਿਆ ਸੀ ਉਹਨਾਂ ਸਾਨੂੰ ਜਿੱਧਰੋਂ, ਅਸੀਂ ਉਧਰੋਂ ਤਾਂ ਹਲੇ ਤੱਕ ਮੁੜੇ ਹੀ ਨਹੀਂ। ਉਹਨਾਂ ਕਿਹਾ ਸੀ ਕਿਰਤ ਸੱਚੀ ਸੁੱਚੀ ਕਰਨੀ, ਕਦੇ ਹੱਕ ਨੀ ਭਰਾਏ ਉੱਤੇ ਅੱਖ ਧਰਨੀ। ਦਾਤੀਆਂ ਤੇ ਰੰਬੇ ਕਿਵੇਂ ਫੜਾਂਗੇ, ਸਾਡੇ ਹੱਥਾਂ ਨੇ ਤਾਂ ਛੱਡੇ ਹਲੇ ਛੁਰੇ ਹੀ ਨਹੀਂ। ਮੈਂ 550 ਨੇ ਸਾਲ ਬੀਤ ਗਏ, ਬਾਬੇ ਨਾਨਕ ਦੇ ਰਾਹ ਤੇ ਅਸੀਂ ਤੁਰੇ ਹੀ ਨਹੀਂ। ਉਹਨਾਂ ਕਿਹਾ ਸੀ ਤੂੰ ਕੱਢੀ ਦਸਵੰਦ ਸੱਜਣਾ, ਵੀਰ ਵਰਗੇ ਲੱਗਣ ਲੋੜ ਬੰਦ ਸੱਜਣਾ। ਉੱਪਰੋਂ ਦਬਾਉਂਦੇ ਅਸੀਂ ਜੱਫੀਆਂ, ਪਰ ਅੰਦਰੋਂ ਤਾਂ ਅਸੀਂ ਕਦੇ ਜੁੜੇ ਹੀ ਨਹੀਂ। 550 ਨੇ ਸਾਲ ਬੀਤ ਗਏ, ਬਾਬੇ ਨਾਨਕ ਦੇ ਰਾਹ ਤੇ ਉੱਤੇ ਤੁਰੇ ਹੀ ਨਹੀਂ। ਪਹਿਲਾਂ ਦੋਵੇਂ ਹੀ ਅਸੂਲ ਗੱਲ ਲਾਈ ਸੱਜਣਾ, ਤੇਰਾ ਫੇਰ ਹੀ ਸਫਲ ਹੋਊ ਨਾਮ ਜਪਣਾ। ਉਹ ਤੀਸਰੀ ਮੰਜ਼ਲ ਅਸੀਂ ਭਾਲਦੇ, ਉਹਨਾਂ ਪੌੜੀਆਂ ਦੇ ਵੱਲ ਕਦੇ ਮੁੜੇ ਹੀ ਨਹੀਂ। 550 ਨੇ ਸਾਲ ਬੀਤ ਗਏ, ਬਾਬੇ ਨਾਨਕ ਦੇ ਰਾਹ ਤੇ ਅਸੀਂ ਤੁਰੇ ਹੀ ਨਹੀਂ। ਉਹਨਾਂ ਦਿੱਤਾ ਸੀ ਸੰਦੇਸ਼ਾ ਸਾਨੂੰ ਇੱਕੋ ਰੱਬ ਦਾ, ਵਹਿਮਾਂ ਭਰਮਾਂ ਪਖੰਡਾ ਚੋਂ ਨੀ ਰੱਬ ਲੱਭਦਾ। ਛੁੱਟਣਾ ਕੀ ਵਹਿਮਾਂ ਕੋਲੋਂ ਖੇੜਾ ਸੀ, ਕਦੇ ਬਾਣੀ ਦੇ ਬਰਾਗ ਵਿੱਚ ਚੁਰੇ ਹੀ ਨਹੀਂ। 550 ਨੇ ਸਾਲ ਬੀਤ ਗਏ, ਬਾਬੇ ਨਾਨਕ ਦੇ ਰਾਹ ਦੇ ਉੱਤੇ ਤੁਰੇ ਹੀ ਨਹੀਂ। ਮੋਮਬੱਤੀਆਂ ਨੂੰ ਵਾਲ ਨਹੀਂ ਉਹ ਕੰਮ ਸਰਨਾ, ਬਹੁ ਬਾਬੇ ਦੇ ਸਲੋਕਾਂ ਤੇ ਅਮਲ ਕਰਨਾ। ਭਾਵੇਂ ਅਸੀਂ ਬਾਣੇ ਨਾਲ ਜੁੜ ਗਏ, ਪਰ ਸ਼ਮਲਿਆ ਬਾਣੀ ਨਾਲ ਜੁੜੇ ਹੀ ਨਹੀਂ। 550 ਨੇ ਸਾਲ ਬੀਤ ਗਏ, ਬਾਬੇ ਨਾਨਕ ਦੇ ਰਾਹ ਤੇ ਅਸੀਂ ਤੁਰੇ ਹੀ ਨਹੀਂ। ਮੋੜਿਆ ਸੀ ਉਹਨਾਂ ਸਾਨੂੰ ਜਿੱਧਰੋਂ, ਅਸੀਂ ਉਧਰੋਂ ਤਾਂ ਹਲੇ ਤੱਕ ਮੁੜੇ ਹੀ ਨਹੀਂ। ਅਸੀਂ ਉਧਰੋਂ ਤਾਂ ਹਲੇ ਤੱਕ ਮੁੜੇ ਹੀ ਨਹੀਂ। ਹਾਂਜੀ, ਸਾਰੇ ਦੋਸਤਾਂ ਨੂੰ ਇੱਕ ਹੋਰ ਬੇਨਤੀ ਹੈ ਕਿ ਅਸੀਂ ਹੁਣੇ ਇੱਕ ਨਵਾਂ ਗੀਤ ਟਰਾਲੇ ਪਾਇਆ, ਜੋ ਕਿ ਇਸ ਵੀਡੀਓ ਦੇ ਉੱਪਰ ਇੱਕ ਲਿੰਕ ਦਿੱਤਾ ਗਿਆ, ਉਸ ਲਿੰਕ ਨੂੰ ਦਬਾ ਕੇ ਤੁਸੀਂ ਸਿੱਧਾ ਡਾਇਰੈਕਟ ਉਸ ਵੀਡੀਓ ਨੂੰ ਵੇਖ ਸਕਦੇ ਹੋ। ਬਾਕੀ ਹੋਰ ਬਹੁਤ ਬਹੁਤ ਧੰਨਵਾਦ, ਥੈਂਕ ਯੂ, ਸਤਿ ਸ਼੍ਰੀ ਅਕਾਲ।